ਦੁਨੀਆ ਭਰ ਵਿੱਚ ਤਮਾਮ ਪੰਜਾਬੀ ਸਰੋਤੇ ਜੋ ਪੰਜਾਬੀ ਸੰਗੀਤ ਜਗਤ ਨੂੰ ਪਿਆਰ ਕਰਦੇ ਨੇ, ਪੰਜਾਬੀ ਸੰਗੀਤ ਨੂੰ ਹਮੇਸ਼ਾ ਆਪਣੇ ਮਨ ਵਿੱਚ ਵਸਾਉਂਦੇ ਨੇ, ਉਹਨਾਂ ਸਾਰਿਆਂ ਨੂੰ H.S. ਭਜਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਅਸੀਂ ਇੱਥੇ ਵੇਵਟ੍ਰੈਪ ਸਟੂਡੀਓ ਵਿੱਚ ਬੈਠੇ ਹਾਂ। ਆਲਮ ਜੀ ਬਹੁਤ ਅੱਛੇ ਰਿਕਾਰਡਸ ਨੇ ਔਰ ਇਸ ਸਟੂਡੀਓ ਨੂੰ ਆਨ ਵੀ ਕਰਦੇ ਨੇ, ਔਰ ਇਹਨਾਂ ਨਾਲ ਦੋ ਨਵੇਂ ਗੀਤ ਅਸੀਂ ਰਿਕਾਰਡ ਕੀਤੇ ਆ, ਬੜੀ ਜਲਦੀ ਤੁਹਾਡੀ ਸੇਵਾ 'ਚ ਅਸੀਂ ਪੇਸ਼ ਕਰਾਂਗੇ। ਉਮੀਦ ਕਰਦੇ ਤੁਸੀਂ ਲਾਈਕ ਕਰੋਗੇ ਉਹਨੂੰ। ਅਤੇ ਮੇਰੇ ਨਾਲ ਬਹੁਤ ਹੀ ਮਸ਼ਹੂਰ ਮੇਰੇ ਛੋਟੇ ਵੀਰ ਸਾਹਿਬ ਸੇਖੋਂ ਜੀ, ਵੀਡੀਓ ਡਾਇਰੈਕਟਰ, ਔਰ ਉਹਨਾਂ ਨੇ ਕਾਫੀ ਮੇਰੀਆਂ ਵੀਡੀਓ ਵੀ ਕੀਤੀਆਂ, ਹੋਰ ਬਹੁਤ ਕਾਫੀ ਸਿੰਗਰਾਂ ਦੇ ਵੀਡੀਓ ਉਹਨਾਂ ਨੇ ਕੀਤੇ ਨੇ, ਉਹਨਾਂ ਨੇ ਸਾਰਾ ਅਰੇਂਜ ਕੀਤਾ, ਉਹਨਾਂ ਦਾ ਵੀ ਧੰਨਵਾਦ ਕਰਦਾ। ਅਤੇ ਉਮੀਦ ਕਰਦਾ ਇਹ ਸਟੂਡੀਓ ਮੈਨੂੰ ਕਾਫੀ ਚਿਰ ਗਾਉਂਦੇ ਨੂੰ ਹੋ ਗਿਆ, ਸਨ ਆਲਮੋਸਟ 80s ਤੋਂ, 85-86 ਤੋਂ ਮੈਂ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ, ਔਰ ਮੈਂ ਇਹਨਾਂ ਨੂੰ ਇਹ ਕਹਿ ਰਿਹਾ ਸੀ ਵੀ ਸਾਇੰਸ ਨੇ ਕਿੰਨੀ ਤਰੱਕੀ ਕੀਤੀ ਆ, ਅੱਜ ਤੱਕ ਦਾ ਸਭ ਤੋਂ ਵਧੀਆ ਸਟੂਡੀਓ ਮੈਨੂੰ ਅੱਜ ਲੱਗਾ, ਕਿਉਂਕਿ ਜੋ ਸੱਚ ਸੀ ਮੈਨੂੰ ਸਾਹਮਣੇ ਕਿਹਾ, ਗਾਉਣ ਦਾ ਮਜ਼ਾ ਆਇਆ ਜੀ। ਆਲਮ ਜੀ, ਥੈਂਕ ਯੂ, ਤੁਹਾਡਾ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਵੀਰ ਜੀ, ਥੈਂਕ ਯੂ।